ਜਿਤਾਇਆ ਵਾ, ਤੁਹਾਨੂੰ ਟਿਕਟ ਮਿਲੀ ਹੈ, ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਸਰ। ਕਿਸ ਤਰ੍ਹਾਂ ਦੇਖਦੇ ਹੋ, ਕਿਸ ਤਰ੍ਹਾਂ ਜਿਹੜੀਆਂ ਨੇ ਚੋਣਾਂ ਦੀ ਤਿਆਰੀਆਂ ਜਿਹੜੀਆਂ ਕੀਤੀਆਂ ਨੇ? ਦੇਖੋ ਜੀ, ਪਾਰਟੀ ਨੇ ਬਹੁਤ ਵੱਡਾ ਵਿਸ਼ਵਾਸ ਕੀਤਾ, ਮੈਂ ਧੰਨਵਾਦ ਕਰਦਾ ਕੇਜਰੀਵਾਲ ਜੀ ਹੋਰਾਂ ਦਾ, ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦਾ, ਪਾਰਟੀ ਦੇ ਸੀਨੀਅਰ ਸਾਰੀ ਹਾਈ ਕਮਾਂਡ ਅਤੇ ਵਰਕਰ ਸਾਹਿਬਾਨ ਦਾ। ਜਿਹੜੀ ਗੱਲ ਹੈ ਬਠਿੰਡੇ ਦੀ, ਬਠਿੰਡਾ ਸਾਡਾ ਆਪਣਾ ਘਰ ਦਾ ਹੈ, ਸੋ ਮੈਨੂੰ ਬਹੁਤ ਵੱਡੀ ਆਸ ਉਮੀਦ ਹੈ ਸਾਰਿਆਂ 'ਤੇ। ਪਹਿਲਾਂ ਵੀ ਮੈਨੂੰ, ਜਦੋਂ ਮੈਂ ਵਿਧਾਨ ਸਭਾ ਦੀ ਚੋਣ ਲੜਿਆ ਉਦੋਂ ਵੀ ਮੈਂ ਐਡਾ ਜੋਕਰਾ ਨਹੀਂ ਸੀ ਜਿੰਨਾ ਲੋਕਾਂ ਨੇ ਸਾਰੀ ਉਸ ਇਲੈਕਸ਼ਨ ਦੀ ਕਮਾਂਡ ਵੀ ਕੀਤੀ ਅਤੇ ਮੈਨੂੰ ਵਿਧਾਨ ਸਭਾ ਵਿੱਚ ਚੁਣ ਕੇ ਭੇਜਿਆ। ਸਰ, ਜ਼ਿਆਦਾਤਰ ਕੈਬਨਿਟ ਮੰਤਰੀਆਂ ਨੂੰ ਟਿਕਟ ਦਿੱਤੀ ਗਈ ਹੈ, ਲੱਗਦਾ ਕਿ ਚੰਗੇ ਕੰਮ ਦਾ ਜਿਹੜਾ ਰਿਵਾਰਡ ਆ ਉਸਦੀ ਉਮੀਦ ਕੀਤੀ ਜਾ ਰਹੀ ਹੈ? ਦੇਖੋ ਜੀ, ਪਾਰਟੀ ਨੇ ਸੋਚਣਾ ਹੁੰਦਾ, ਜੋ ਕੋਈ ਵੀ ਪਾਰਟੀ ਰਾਜਨੀਤਿਕ ਪਾਰਟੀ ਹੈ, ਵੀ ਕਿਹੜਾ ਬੰਦਾ ਕਿੱਥੇ ਸਾਡੀ ਪਾਰਟੀ ਲਈ ਔਰ ਲੋਕਾਂ ਦੇ ਲਈ ਸੇਵਾ ਕਰ ਸਕਦਾ। ਸਰ, ਕਿਸ ਤਰ੍ਹਾਂ ਕਿਹੜੇ ਮੁੱਦਿਆਂ ਦੇ ਉੱਤੇ ਜਿਹੜੀਆਂ ਹੁਣ ਪਹਿਲਾਂ ਵਿਕਾਸ ਦੇ ਮੁੱਦੇ ਜਾਂ ਸਿਹਤ ਜਾਂ ਸਿੱਖਿਆ ਨੂੰ ਲੈ ਕੇ ਜਿਹੜੀ ਆ ਵਿਧਾਨ ਸਭਾ ਦੀ ਮੁੱਦੇ ਰੋਜ਼ ਹੀ ਨਵੇਂ ਲਿਆਈ ਆਵਾਂਗੇ, ਦੱਸੀ ਆਵਾਂਗੇ।